ਇਹਨਾਂ ਨੂੰ ਫਿਰ ਉਹ ਦੇਖਿਆ ਉਹ ਜਿਹੜੇ ਸੰਤਰੀ ਹੋਣਗੇ ਸੁੱਤੇ ਪਏ ਤੇ ਉਹਨਾਂ ਪਰ ਫਾਇਰ ਕਰਤਾ, ਫਾਇਰ ਕਰਨੇ ਤੇ ਉਹਨਾਂ ਨੂੰ ਜਾਗ ਗਏ ਸਾਰੇ, ਉਹਨਾਂ ਨੇ ਦਬਦਾ ਫਾਇਰ ਖੋਲਤਾ ਸਾਡੇ ਤੇ ਸਮਾਂ ਤੋਂ ਰਾਤ ਲੰਘ ਗਈ ਸਾਰੀ ਤਕਰੀਬਨ। ਹਾਂ ਪੈਦਲ ਚੱਲਦੇ ਰਹੇ, ਸਵੇਰੇ ਦਿਨ ਚੜ ਗਿਆ ਸੀਗਾ ਜੀ। ਅੱਛਾ, ਤੇ ਜਿਹੜਾ ਉਹਨਾਂ ਦੇ ਹੱਥ 'ਚ ਪਹੁੰਚ ਜਾਂਦਾ ਸੀ ਜਿਹੜਾ ਆਪਾਂ ਕਹੇ ਹਿੰਦੁਸਤਾਨੀ ਫੌਜੀ, ਉਦੋਂ ਉਹ ਗੁੱਟ ਵੱਧ ਗੁੱਟ ਵੱਢਦੇ ਅੱਖਾਂ ਕੱਢ ਦਿੰਦੇ ਸੀ। ਅੱਛਾ, ਜਾਨੋਂ ਨਹੀਂ ਮਾਰਦੇ ਸੀ? ਨਾ, ਜਾਨੋਂ ਨਹੀਂ ਸੀ ਮਾਰਦੇ, ਇਹਦਾ ਕੋਈ ਨਹੀਂ ਪੁੱਛਦੇ ਬੰਦੇ ਮੈਂ ਜਾਣਦੇ ਆ। ਅੱਛਾ, ਮਤਲਬ 500 ਦੇ 500 ਜਿਹੜੇ ਉਹਨਾਂ ਦੇ ਉੱਥੇ ਸਾਰੇ ਤੁਸੀਂ ਮਾਰਦੇ? ਸਾਰੇ ਮਾਰਦੇ, ਸਰ ਡੋਗਰਾ ਦੇ ਤਾਂ 75 ਬੰਦਿਆਂ ਦੀ ਗਰਦਨ ਹੀ ਗਰਦਨ ਨਾਲ ਆ ਜੀ, ਉਹਨਾਂ ਨੇ ਫਿਕਸ ਲਾਈਨ 'ਤੇ ਗੰਨ ਲਾਈ ਵੀ ਸੀ। ਅੱਛਾ, ਸਵੇਰੇ ਦਿਨ ਚੜ੍ਹਦੇ ਨੂੰ ਫਿਰ ਇੱਕ ਬੰਦਾ ਰਹਿ ਗਿਆ ਉਹਨਾਂ ਦੇ, ਟੱਕ ਡੁੰਮ ਕਰਦਾ ਰਿਹਾ ਅਤੇ ਉਹ ਵੀ ਫਿਰ ਅਸੀਂ ਜਾ ਕੇ ਘੇਰਾ ਪਾ ਗਿਆ, ਉਹ ਵੀ ਮਾਰਤਾ। ਇਹ ਵਾਅਦਾ ਕਰਦੇ ਸੀ ਜਦੋਂ ਵੀ ਸਾਨੂੰ ਇਨਾਮ ਦਵਾਵਾਂਗੇ, ਫਲਾਣਾ ਕਰਾਂਗੇ, ਸਾਨੂੰ ਦੁਆ ਦੁਆ, ਕਿਸੇ ਨੇ ਕੁਛ ਨਹੀਂ ਹੈ। ਸੋ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਪਲਸ ਵੋਇਸ ਟੀਵੀ ਦੇ ਉੱਤੇ। ਸੋ ਦੋਸਤੋ, ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਜੋ ਕਾਰਗਿਲ ਦੇ ਇੱਕ ਮਹਾਨ ਯੋਧੇ ਬਾਰੇ ਸੀ, ਜਿਹੜੇ ਕਿ ਪੰਜਾਬ ਪੁਲਿਸ 'ਚ ਖਾਸ ਤੌਰ 'ਤੇ ਟ੍ਰੈਫਿਕ ਵਿਭਾਗ ਦੇ ਵਿੱਚ ਨੌਕਰੀ ਕਰ ਰਹੇ ਸੀ। ਸੋ ਇਸ ਤਰ੍ਹਾਂ ਕਈ ਵਾਰੀ ਜਿਹੜੇ ਯੋਧੇ ਹੁੰਦੇ ਨੇ ਵੱਖਰੇ ਵੱਖਰੇ, ਜਿਨ੍ਹਾਂ ਨੇ ਯੁੱਧ ਲੜੇ ਹੁੰਦੇ ਨੇ ਕਿਸੇ ਵੀ ਦੇਸ਼ ਦੇ ਲਈ, ਕਈ ਵਾਰੀ ਉਹਨਾਂ ਦੀ ਜਿਹੜੀ ਹੈਗੀ ਬਹਾਦਰੀ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਸੋ ਅਸੀਂ ਅੱਜ ਇਸ ਤਰ੍ਹਾਂ ਦੇ ਇੱਕ ਫੌਜੀ ਦੇ ਨਾਲ ਬੈਠੇ ਹਾਂ ਜਿਨ੍ਹਾਂ ਨੇ 65 ਅਤੇ 71 ਦੇ ਵਿੱਚ ਭਾਰਤ ਦੀ ਫੌਜ ਦੇ ਵਿੱਚ ਰਹਿ ਕੇ 2 ਜੰਗਾਂ ਬੜੀ ਬਹਾਦਰੀ ਨਾਲ ਲੜੀਆਂ। ਅੱਜ ਜਾਣਾਂਗੇ ਉਹਨਾਂ ਤੋਂ ਉਹਨਾਂ ਜੰਗਾਂ ਦੇ ਕਿੱਸੇ, ਉਹ ਕਿਸ ਤਰ੍ਹਾਂ ਉਹਨਾਂ ਜਿਹੜੇ ਹੈਗੇ ਨੇ ਜੰਗਾਂ ਦੇ ਵਿੱਚ ਬਹਾਦਰੀ ਦੇ ਨਾਲ ਲੜੇ। ਸੋ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਲਾਭ ਸਿੰਘ ਖਲੌਰ ਜੀ ਦਾ। ਸੋ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਸੋ ਸਰਦਾਰ ਸਾਹਿਬ, ਅਸੀਂ ਇਹ ਜਾਣਨਾ ਚਾਹਾਂਗੇ ਕਿ ਜਦੋਂ ਤੁਸੀਂ ਇਹ 2 ਯੁੱਧ ਲੜੇ, ਉਸ ਵਕਤ ਤੁਸੀਂ ਕਿੰਨੀ ਕੁ ਉਮਰ ਦੇ ਸੀਗੇ, ਤੁਸੀਂ ਕਦੋਂ ਜੁਆਇਨ ਕੀਤਾ? ਥੋੜ੍ਹੀ ਸਾਡੀ ਜਿਹੜੀ ਹੈਗੀ ਜਾਣਕਾਰੀ ਉਹ ਦਰਸ਼ਕਾਂ ਨੂੰ ਦਿਓ। ਮੈਂ 1963 ਦੇ 2 ਮਹੀਨੇ 5 ਤਰੀਕ ਦਾ ਭਰਤੀ ਹਾਂ ਜੀ, ਅਤੇ ਮੈਂ ਟ੍ਰੇਨਿੰਗ ਕੀਤੀ ਮੇਰਠ ਸੈਂਟਰ 'ਚ, ਅਤੇ ਉਹ ਤੋਂ ਬਾਅਦ ਮੈਂ 64 'ਚ ਮੈਂ ਟ੍ਰੇਨਿੰਗ ਕਰਕੇ ਪੁੰਛ ਚਲੇ ਗਿਆ ਜੀ, 76 'ਚ। 76 'ਚ ਫਿਰ 65 ਦੀ ਲੜਾਈ ਲੱਗੀ, ਜਦੋਂ ਮੈਂ ਛੁੱਟੀ ਆਇਆ ਵਾ ਸੀ ਉੱਥੇ ਪਹਿਲਾਂ, ਅਤੇ ਛੁੱਟੀ 'ਤੇ ਕੁਝ ਦਿਨ ਰਹਿੰਦੇ ਸੀ ਜਦੋਂ ਲੜਾਈ ਲੱਗੀ ਸੀ, ਅਤੇ ਮੈਨੂੰ ਚਿੱਠੀ ਆਈ ਅਤੇ ਮੈਂ ਮੁੜ ਕੇ ਉੱਥੇ ਚਲੇ ਗਿਆ ਸੁਨੇਹਾ ਮਿਲੇ 'ਤੇ, ਅਤੇ ਗਏ ਅਤੇ 2 ਦਿਨ ਫਿਰ ਲੜਾਈ ਲੱਗੀ। ਸਾਨੂੰ CID ਮਿਲ ਗਈ ਸੀ ਵੀ 5 ਤਰੀਕ ਨੂੰ ਪਾਕਿਸਤਾਨ ਨੇ ਅਟੈਕ ਕਰਨਾ, ਅਤੇ ਅਸੀਂ 2 ਤਰੀਕ ਨੂੰ ਜਾ ਕੇ ਅਟੈਕ ਕਰਤਾ ਉਹਨਾਂ 'ਤੇ, ਅਤੇ ਪੀਜਮ ਪੀਟ 'ਤੇ ਅਟੈਕ ਕੀਤਾ ਸੀਗਾ। ਅਤੇ ਅਟੈਕ ਕਰਨੇ ਦੇ ਬਾਅਦ ਫਿਰ ਉਹ ਉੱਥੇ 47 'ਚ ਪੋਸਟ ਲਈ ਵੀ ਸੀ ਉਹਨਾਂ ਨੇ ਪ੍ਰੀਤਮ ਪਿਕਟ, ਅਤੇ ਪ੍ਰੀਤਮ ਪਿਕਟ 'ਤੇ ਅਸੀਂ ਜਦੋਂ ਅਟੈਕ ਕੀਤਾ, ਸਾਡੇ ਨਾਲ 3 ਪਟਾਰੀ ਜਾਂਦੀਆਂ, ਅਤੇ ਗੋਰਖਾ ਅਤੇ LI ਅਤੇ ਸਾਡੀ 76, ਅਤੇ 3 ਦੇ ਫਿਰ ਦਿਨੇ ਤੋਂ ਲੜਦੇ ਰਹੇ ਸਾਰਾ ਦਿਨ, ਅਤੇ ਸਾਡੇ ਬੰਦੇ ਜ਼ਖਮੀ ਹੋ ਗਏ, ਕੁਛ ਅਸਲਾ ਮੁੱਕ ਗਿਆ, ਕੁਛ ਡੈਥ ਵੀ ਹੋਈ ਕਈ ਬੰਦਿਆਂ ਦੀ, ਅਤੇ ਉਹਦੇ ਬਾਅਦ ਅਸੀਂ ਇੱਥੇ ਰਾਸ਼ ਜੀ ਦੌੜਨ ਜਾਂ ਤੁਰਨ ਲੱਗੇ ਹਾਂ, ਸਾਡੇ ਕੋਲ ਅਸਲਾ ਮੁੱਕ ਗਿਆ, ਅਤੇ ਅਸੀਂ ਸ਼ਾਮ ਨੂੰ ਹਨੇਰਾ ਹੋ ਗਿਆ ਕੁਛ, ਅਸੀਂ ਪਿੱਛੇ ਦੇਖਿਆ ਬੰਦੇ ਕੋਈ ਨਹੀਂ, ਅਸੀਂ 3 ਜਣੇ ਰਹਿ ਗਏ ਸੀਗੇ, ਅਤੇ ਸਾਡਾ ਮੇਜਰ ਸੰਤੋਸ਼ ਸੀਗਾ ਅਤੇ ਲੁਧਿਆਣੇ ਦੇ ਰਹਿਣੇ ਵਾਲਾ, 2 ਬੰਦੇ ਅਸੀਂ ਅਤੇ ਕਰਨੈਲ ਸਿੰਘ ਕੁਰੜੀ ਅਤੇ ਹਰ ਇੱਕ ਮੈਂ ਲਾਭ ਸਿੰਘ ਪਿੰਡ ਖਲੌਰ 'ਤੇ, ਅਤੇ ਅਸੀਂ ਫਿਰ ਉਹ ਜਿਹੜੇ ਜ਼ਖਮੀ ਅਤੇ ਉਹ ਰੌਲਾ ਪਾ ਰਹੇ ਸਾਨੂੰ ਲੈ ਕੇ ਛੱਡ ਕੇ ਨਾ ਜਾਇਓ, ਅਤੇ ਕੁਛ ਮਰੇ ਪਏ ਸੀ ਡੈੱਡ ਬੋਡੀਆਂ, ਅਤੇ ਫਿਰ ਮੈਂ ਜਸਵੰਤ ਸਿੰਘ ਨੂੰ ਤਾਂ ਉਹਨਾਂ ਚੱਕਿਆ, ਅਤੇ ਮੈਂ ਚੱਕਿਆ ਸੂਬੇਦਾਰ ਨਾਇਬ ਸੂਬੇਦਾਰ ਦਾ ਆਪਣਾ ਮੱਖਣ ਸਿੰਘ ਖੇਲਾਂ ਵਾਲਾ, ਉਹਨੂੰ ਲਿਆ ਚੱਕ ਕੇ, ਪਿੱਛੇ ਉਹਦਾ ਕਰਨੈਲ ਦਾ ਭਰਾ ਪਿਆ ਸੀ ਨਰਮੈਲ, ਜ਼ਖਮੀ ਹੋਇਆ ਵਾ, ਅਤੇ ਹਨੇਰਾ ਹੋ ਗਿਆ, ਦੇਖਿਆ ਦੁਖਿਆ ਮਾਂ ਦੇਖ ਜੇ ਸਾਂਝ ਨੂੰ ਚੱਕ ਲੈ ਜਾਂਦੇ ਮਾਰੇ ਵੀ ਛੱਡ ਦਿੰਦੇ ਹਾਂ, ਅਤੇ ਉਹ ਘਾਬਰਿਆ ਹੈ, ਉਸੇ ਦਾ ਭਰਾ ਸੀਗਾ ਉਹ ਸੀ ਕੰਪਨੀ ਮਾਂ ਦਾ ਡੀ ਮਾਤਾ ਮੇਰੇ ਨਾਲ,
ਅਤੇ ਪਛਾਣ ਨਹੀਂ ਸਕਿਆ ਕਿਉਂਕਿ ਪਛਾਣ ਤਾਂ ਇੰਨਾ ਲਿਆ ਪਰ ਲੇਕਿਨ ਉਹਨੂੰ ਇਹ ਨਹੀਂ ਦੇਖ ਸਕਿਆ ਵੀ ਇਹਨੂੰ ਸਾਹ ਹੈ ਜਾਂ ਨਹੀਂ। ਵੀ ਮੈਂ ਦੇਖਿਆ ਜੀ ਉਹਨੂੰ ਉਹਦੇ ਸਾਹ ਹੈ ਸੀਗਾ, ਅਸੀਂ ਮਰੇ ਵੀਰ ਨੂੰ ਛੱਡਤਾ, ਉਹਨੂੰ ਚੱਕ ਲਏ ਨਾਲ, ਸੂਬੇਦਾਰ ਮੱਖਣ ਸਿੰਘ ਨੂੰ ਚੱਕ ਲਏ ਨਾਲ ਅਤੇ ਲਿਆਉਣ ਗਿਆ। ਫਿਰ ਨੀਚੇ ਅਸੀਂ ਬੇਸ 'ਚ ਜਦੋਂ ਆਏ ਹਾਂ, ਬਤਾਰ ਨਾਲੇ 'ਚ ਉਤਰੇ ਹਾਂ, ਪਿੱਛੇ ਦੇ ਪਾਸਤਾਂ ਨੇ ਆ ਕੇ ਨਾਅਰੇ ਲਾਤੇ ਯਾ ਅਲੀ ਯਾ ਅਲੀ। ਅਤੇ ਬਾਅਦ 'ਚ ਫਿਰ ਉਹ ਜਿਹੜੇ ਬਤਾਰ ਨਾਲਾ ਕ੍ਰਾਸ ਕਰ ਲੱਗੇ, ਜਦੋਂ ਸਾਡੇ ਦੋ ਬੰਦੇ ਕਮਜ਼ੋਰ ਸੀ ਜਿਹੜੇ, ਉਹ ਪਿੱਛੇ ਉਹਨਾਂ ਨੇ ਕੈਦ ਕਰ ਲਏ, ਇੱਕ ਪ੍ਰੀਤਮ ਸਿੰਘ ਦਾ ਅਤੇ ਜਿਹਦੀ ਡੈਥ ਹੋਈ ਆ ਫਿਰੋਜ਼ਪੁਰ ਆਣ ਕੇ ਐਕਸੀਡੈਂਟ ਹੋ ਕੇ, ਅਤੇ ਇੱਕ ਗੁਰਦੇਵ ਸਿੰਘ ਹੌਲਦਾਰ ਦਾ ਵਿਚਾਰਾ ਰਿਟਾਇਰ ਹੋਣੇ ਵਾਲਾ, ਉਹਨਾਂ 'ਚ ਭੱਜਿਆ ਨਹੀਂ ਗਿਆ, ਅਸੀਂ ਭੱਜ ਗਏ ਬਤਾਰ ਨਾਲੇ 'ਚ ਵੜ ਗਏ। ਅਤੇ ਪਿੱਛੇ ਨਾਲਾ ਕ੍ਰਾਸ ਕਰਕੇ ਆਰਮੀ ਦੀ ਸਾਡੀ ਬਣੀ ਵੀ, ਉੱਥੇ ਉਹਨਾਂ ਨੂੰ ਆਣ ਕੇ ਦੱਸਿਆ ਵੀ ਬਾਕੀ ਉਹਨਾਂ ਨੂੰ ਚੱਕ ਕੇ ਉਹ ਲਿਆਏ। ਫਿਰ ਉੱਥੇ ਅਸੀਂ ਤਾਂ ਅਸੀਂ ਥੱਕ ਗਏ ਸੀ ਅਤੇ ਬੇਸ 'ਚ ਵੀ ਸੂਬੇਦਾਰ ਖੜ੍ਹਿਆ ਸੀ, ਪੁੱਛ ਰਿਹਾ ਸੀ ਕੌਣ ਦੇਖਿਆ, ਕੌਣ ਮਰਿਆ, ਕੌਣ ਜੂਇਆ, ਕੌਣ ਆਇਆ। ਅਤੇ ਉੱਥੇ ਫਿਰ ਲਿਖਾਲ ਹੋ ਗਿਆ, ਅਸੀਂ ਫਿਰ ਬੇਸ 'ਚ ਆ ਗਏ। ਅਤੇ ਉਹਦੇ ਬਾਅਦ ਤੁਸੀਂ ਗੱਲ ਦੱਸ ਰਹੇ ਹੋ ਜੀ, ਇਹ 65 ਦੇ ਵਿੱਚ ਜਦੋਂ ਜੰਗ ਲੱਗ ਗਈ ਸੀ ਉਦੋਂ ਦੀ ਗੱਲ ਦੱਸ ਰਹੇ ਹੋ, ਜਦੋਂ ਤੁਸੀਂ ਲੜਨ ਗਏ ਹੋ, ਇਹ ਬੇਸ ਤੁਹਾਡੇ ਬੇਸ 'ਤੇ ਅਟੈਕ ਹੋਇਆ ਸੀ ਜਾਂ ਤੁਸੀਂ ਕੀਤਾ ਸੀ? ਅਸੀਂ ਜਾ ਕੇ ਕੀਤਾ ਸੀ ਪਾਕਿਸਤਾਨ ਦੇ ਜਿਹੜੀ ਪੋਸਟ ਨਾ 47 ਸਾਡੇ 'ਤੇ ਲਈ ਸੀ। ਅੱਛਾ ਜੀ। ਹਾਂ, ਉਹਦੀ ਬਹੁਤ ਹੈਟ ਹੈ, ਜਿਹੜਾ ਪੁੰਛ ਏਰੀਆ ਸਾਰਾ ਉਹਦੇ ਨੀਚੇ ਹੈ, ਸਾਰੀ ਪਹਾੜੀਆਂ ਦੇ ਉੱਪਰ ਹੈ ਸਭ ਤੋਂ, ਉਹ 47 ਪ੍ਰੀਤਮ ਪੀਰੀਅਡ ਉਹਦਾ ਨਾਂ ਹੈ। ਅਤੇ ਫਿਰ ਉੱਥੇ ਅਸੀਂ ਹਮਲਾ ਕਰਨ ਗਏ ਸੀ ਪਰ ਉਹ ਕਾਮਯਾਬ ਨਹੀਂ ਹੋਏ ਕਿਉਂਕਿ ਸਾਡੇ ਬਾਅਦ ਇਤਨਾ ਅਸਲਾ ਨਹੀਂ ਦਾ, ਉਹਨਾਂ ਕੋਲ ਅਸਲਾ ਤਾ ਸਾਡੇ 'ਤੇ ਗਲਤੀ ਹੋ ਗਈ ਜਿਹੜੀ ਉਹਨਾਂ ਕੀ ਪੈਟਰੋਲਿੰਗ ਦੀ। ਉਹਨਾਂ ਨੂੰ ਜਦ ਦੇਖਣਗੇ ਵੀਰਾ ਸੁੱਤਾ ਜ ਨਹੀਂ ਹੈ, ਬਾਕੀ ਚਾਹ ਲੱਗੇ ਰੱਖਣ ਦਿਨ ਚੜ੍ਹ ਗਿਆ ਅਤੇ ਇਹਨੇ ਨੂੰ ਫਿਰ ਉਹ ਦੇਖਿਆ, ਉਹ ਜਿਹੜੇ ਸੰਤਰੀ ਹੋਣਗੇ ਸੁੱਤੇ ਪਏ ਤੇ ਉਹਨਾਂ ਪਰ ਫਾਇਰ ਕਰਤਾ, ਫਾਇਰ ਕਰਨੇ 'ਤੇ ਉਹਨਾਂ ਨੂੰ ਜਾਗ ਗਏ ਸਾਰੇ, ਉਹਨਾਂ ਨੇ ਦਬਦਾ ਫਾਇਰ ਖੋਲ੍ਹਤਾ ਸਾਡੇ 'ਤੇ। ਇਹ ਜਿਹੜਾ ਤੁਸੀਂ ਉੱਤੇ ਕਹਿ ਰਹੇ ਕਿ ਉੱਤੇ ਹਾਈਟ 'ਤੇ ਗਏ ਸੀਗੇ, ਉਹ ਉਹਨੂੰ ਕੋਈ ਜੰਗਲਾਂ ਦੇ ਵਿੱਚੋਂ ਹੋ ਕੇ ਗੁਜ਼ਰਨਾ ਪਿਆ? ਹਾਂ, ਜੰਗਲਾਂ ਦੇ ਵਿੱਚ ਨੂੰ ਹੋ ਗਿਆ ਗੁਜ਼ਰਨਾ ਪਿਆ, ਪਹਿਲਾਂ ਬਤਾਰ ਨਾਲਾ ਕ੍ਰਾਸ ਕਰਨਾ ਪਿਆ, ਫਿਰ ਜੰਗਲਾਂ 'ਚ ਵੀ। ਕਿੰਨਾ ਕੁ ਸਮਾਂ ਲੱਗਿਆ ਤੁਹਾਨੂੰ ਉੱਥੇ ਪਹੁੰਚਣ ਦੇ ਲਈ? ਸਮਾਂ ਤਾਂ ਰਾਤ ਲੰਘ ਗਈ ਜੀ ਸਾਰੀ ਤਕਰੀਬਨ। ਸਾਰਾ ਰਾਤ ਤੁਸੀਂ ਪੈਦਲ ਚੱਲਦੇ? ਹਾਂ, ਪੈਦਲ ਚੱਲਦੇ ਰਹੇ, ਸਵੇਰੇ ਦਿਨ ਚੜ੍ਹ ਗਿਆ ਸੀਗਾ ਜੀ ਜਦੋਂ ਅਸੀਂ ਉੱਥੇ ਗਏ ਹਾਂ। ਅੱਛਾ ਜੀ। ਅਤੇ ਉੱਥੇ ਜਾ ਕੇ ਉਹ ਬੰਦਿਆਂ ਦੇ ਫਾਇਰ ਕਰਤਾ ਦੇਖ ਕੇ, ਇਹਨਾਂ ਨੇ ਫਾਇਰ ਕਰਨ ਦੇ ਕਾਰਨ ਫਿਰ ਉਹ ਸਾਰੇ ਅਲਰਟ ਹੋ ਗਏ ਸਾਡੇ ਵਜੇ, ਇਤਨਾ ਅਸਲਾ ਤੇ ਇਤਨਾ ਅਸੀਂ ਲੜਦੇ ਰਹੇ। ਸ਼ਾਮ ਪੈ ਗਈ, ਸਾਰਾ ਦਿਨ ਤੋਂ ਲੜਦੇ ਰਹੇ, ਸ਼ਾਮ ਪੈ ਗਈ, ਫਿਰ ਕੋਈ ਬੰਦੇ ਜ਼ਖਮੀ ਹੋ ਗਏ ਕੁਛ ਸਾਡੇ। ਉੱਥੇ ਕਿੰਨੇ ਕੁ ਬੰਦੇ ਸੀਗੇ ਜੀ ਜਿਹਨਾਂ ਨਾਲ ਤੁਸੀਂ ਉੱਥੇ ਤੁਹਾਡਾ ਜਿਹੜਾ ਲੜਾਈ ਮੋਰਚਾ ਲੱਗਿਆ? ਬੰਦੇ ਮੇਰੇ ਖਿਆਲ ਇੱਕ ਉਹਨੂੰ ਬਟਾਲੀਆਂ ਦੀ ਉਹਨਾਂ ਦੀ ਵੀ ਉੱਥੇ। ਅੱਛਾ ਜੀ। ਅਤੇ ਉਹਨਾਂ ਨੇ ਵੀ ਫਾਇਰ ਬਹੁਤ ਕਰਿਆ ਅਤੇ ਪਿੱਛੇ ਤੋਪਾਂ ਦਾ, ਗੰਨਾਂ ਦਾ ਵੀ ਫਾਇਰ ਆ ਗਿਆ ਸਾਡੇ 'ਤੇ ਅਤੇ ਸਾਡੀ ਤਬਾਹੀ ਮਚਾ ਤੀ ਉਹਨਾਂ ਨੇ। ਸਾਡੇ ਬੰਦੇ ਫਿਰ ਕੁਛ ਜ਼ਖਮੀ ਹੋ ਗਏ ਕੁਛ, ਅਤੇ ਡੈਥ ਹੋ ਗਈ ਕਈ ਬੰਦਿਆਂ ਦੀ, 20-22 ਬੰਦਿਆਂ ਦੀ ਤਾਂ। ਅਤੇ ਅਸੀਂ ਵੀ ਜਦੋਂ ਉੱਥੇ ਦੇ ਜਦ ਤੁਰਨ ਲੱਗੇ ਵੀ ਅਸੀਂ ਕਿਹਾ ਸਾਡਾ ਮੇਜ ਸਾਹਿਬ ਦਾ ਸੰਤੋਖ ਸਿੰਘ ਵੀ ਹੈ ਨਹੀਂ, ਵੀ ਪਿੱਛੇ ਕੋਈ ਅਫਸਰ ਮੈਨੂੰ ਦੱਸਿਆ ਵੀ ਕੋਈ ਬੰਦਾ ਪਿੱਛੇ ਨਹੀਂ, ਅਸੀਂ 3 ਜਣੇ ਆਪਾਂ ਹੀ ਰਹਿ ਗਏ। ਅਸੀਂ ਉੱਥੇ ਦੇ ਚੱਲਣ ਲੱਗੇ ਹਾਂ, ਫਿਰ ਉਹਨਾਂ ਨੇ ਫਿਰ ਸਾਡੇ ਦੇ ਵਿੱਚ ਹਮਲਾ ਵੀ ਕਰਿਆ ਅਤੇ ਬਾਅਦ 'ਚ ਫਿਰ ਹਨੇਰਾ ਪੈ ਗਿਆ। ਭਾਈ ਦਾ ਕਰਨੈਲ ਦਾ ਨਰਮੈਲ ਸਿੰਘ ਉਹਨੂੰ ਵੀ ਲਿਆ ਚੱਕ। ਤੁਸੀਂ ਕਿੰਨੇ ਬੰਦੇ ਸੀ ਜਿਹੜੇ ਉੱਥੇ ਹਮਲਾ ਕਰਨ ਗਏ ਸੀ? ਹਮਲਾ ਕਰਨ ਗਏ ਪੂਰੀ ਪਲਟਣ ਦੀ ਸੀ ਸਾਡੀ, ਪਲਟਣਾਂ 3 ਤੀਆਂ ਵੈਸੇ ਤਾਂ, ਗੋਰਖਾ ਪਲਟਣ ਦੀ, ਇੱਕ LI ਦੀ, ਇੱਕ ਸਾਡੀ 7 ਸਿੱਖ ਦੀ, ਜਿਹੜੀ ਅਸਲੀ ਟੋਚੀ ਦੀ ਉਹ ਸਾਡੇ ਕੋਲ ਦੀ 7 ਸਿੱਖ ਕੋਲ। ਹਾਂ, ਉਹਦੇ ਕਾਰਨ ਸਾਨੂੰ ਮਾਰ ਪਈ ਹੈ, ਮਾਰ ਤੋਂ 3 ਪਲਟਣਾਂ ਨੂੰ ਪਈ ਹੈ, ਕਾਮਯਾਬ ਨਹੀਂ ਹੋ ਸਕੇ। ਸਾਡਾ ਕਰਨਲ ਭਗਤ ਸਿੰਘ ਦਾ ਇੱਕ ਹੱਥਮਾਂ ਨੇ ਗ੍ਰਨੇਡ ਫੜਿਆ ਸੀ, ਇੱਕ ਹੱਥਮਾਂ ਗੁਟਕਾ, ਅਤੇ ਉਹ ਕਹਿੰਦਾ ਵੀ ਇਹਨਾਂ ਦੇ ਹੱਥ ਨਹੀਂ ਆਉਣਾ ਹੈ, ਮਰਨਾ ਮਨਜ਼ੂਰ ਹੈ, ਵੀ ਜੇ ਹੱਥੀ ਇਹਨੇ ਮੈਨੂੰ ਪੈ ਗਏ ਤਾਂ ਗੁਟਕਾ ਤੋਂ ਚਲੋ ਮੰਨਿਆ ਤਾਂ ਉਹਨਾਂ ਗੁਰੂ ਦਾ ਨਾਂ ਲੈ ਰਿਹਾ ਤਾ, ਉਹ ਗ੍ਰਨੇਡ ਤਾਂ ਰੱਖਿਆ ਵਾ ਤਾ ਵੀ ਪੈਨ ਕੱਢ ਕੇ ਆਪਣੇ ਆਪ ਮਰ ਜਾਣਾ, ਵੀ ਇਹਨਾਂ ਦੇ ਹੱਥ ਨਹੀਂ ਆਉਣਾ, ਕਿਉਂਕਿ ਉਹ ਅੱਖਾਂ ਕੱਢਦੇ ਸੀ, ਗੁੱਟ ਵੱਢ ਕੇ ਫਿਰ ਧੱਕਾ ਦੇ ਦਿੰਦੇ ਸੀ, ਮਾਰਦੇ ਨਹੀਂ ਸੀ ਬੰਦੇ ਨੂੰ। ਮਤਲਬ ਜਿਹੜਾ ਉਹਨਾਂ ਦੇ ਹੱਥ 'ਚ ਪਹੁੰਚ ਜਾਂਦਾ ਸੀ ਜਿਹੜਾ ਆਪਾਂ ਕਹੇ ਹਿੰਦੁਸਤਾਨੀ ਫੌਜੀ, ਉਦੋਂ ਉਹ ਗੁੱਟ ਵੱਧ, ਹਾਂ ਗੁੱਟ ਵੱਢਦੇ, ਅੱਖਾਂ ਕੱਢਦੇ ਸੀ, ਜਾਨੋਂ ਨਹੀਂ ਮਾਰਦੇ ਸੀ? ਹਾਂ, ਜਾਨੋਂ ਨਹੀਂ ਸੀ ਮਾਰਦੇ, ਫਿਰ ਗੇਰ ਦਿੰਦੇ ਸੀ ਉਹਨੂੰ। ਜੰਗਲਾਂ ਦੇ ਵਿੱਚ ਧੱਕਾ ਦੇ ਦਿੰਦੇ ਸੀ? ਹਾਂ, ਜੰਗਲ 'ਚ ਧੱਕਾ ਦੇ ਦਿੰਦੇ ਜੀ ਉੱਥੇ ਪਹਾੜੀ ਤੋਂ। ਅੱਛਾ। ਹਾਂ।
ਅਤੇ ਉਹ ਤੋਂ ਬਾਅਦ ਫਿਰ ਅਸੀਂ ਪਿੱਛੇ ਆ ਗਏ ਬੇਸ 'ਚ, ਅਤੇ ਬੇਸ 'ਚ ਆ ਕੇ ਦੁਬਾਰਾ ਫਿਰ ਤੁਹਾਨੂੰ ਤਿਆਰੀ ਕਰਨੀ ਪਈ ਗਈ ਦੂਏ ਦਿਨ ਵੀ ਚਲੋ। ਉਹਨਾਂ ਸਾਡੇ ਕਰਨ ਸਾਹਿਬ ਨੇ ਫਿਰ ਕਿਹਾ ਵੀ ਸਾਡੀ ਇੱਥੇ ਤੋਂ ਸਾਡੀ ਹਾਰ ਹੋ ਗਈ, ਅਤੇ ਦੂਏ ਬ੍ਰਿਗੇਡ 'ਚ ਉਹਨੇ ਮਹਿੰਦਰ ਬ੍ਰਿਗੇਡ 'ਚ ਟਾਸਕ ਲੈ ਲਿਆ ਵਲੰਟੀਅਰ ਹੋ ਕੇ ਵੀ ਇੱਥੇ ਜਾ ਕੇ ਅਟੈਕ ਕਰਾਂਗੇ, ਹਮਲਾ ਕਰਾਂਗੇ। ਇਹ ਮਹਿੰਦਰ ਬ੍ਰਿਗੇਡ ਵੀ ਉਹਦੇ ਨਜ਼ਦੀਕ ਹੀ ਸੀ? ਹਾਂ, ਨਜ਼ਦੀਕ ਹੀ, ਦੂਏ ਹਮਾਤਾ ਬ੍ਰਿਗੇਡ ਮੈਂ ਵਸੇ। ਅੱਛਾ ਜੀ, ਮਹਿੰਦਰ। ਅਤੇ ਉੱਥੇ ਜਾ ਕੇ ਫਿਰ ਸਾਨੂੰ ਉਹ ਟਾਸਕ ਮਨਜ਼ੂਰ ਕਰਾ ਲਿਆ ਬ੍ਰਿਗੇਡ ਕਮਾਂਡਰ ਦੇ, ਅਤੇ ਉੱਥੇ ਜਾ ਕੇ ਫਿਰ ਕਸਮਾਂ ਕੁਸਮਾਂ ਖਾ ਕੇ ਵੀ ਸਾਨੂੰ ਲੈ ਕੇ ਤਿਆਰੀ ਕਰਕੇ, ਅਤੇ ਉੱਥੇ ਜਾ ਇੱਕ ਦਿਨ ਤੋਂ ਅਸੀਂ ਉਹ ਟੇਪ ਟੂਬ ਵਿਛਾਈ ਹੈ ਮੈਂ ਨਾਲ ਤਾਂ ਕੰਪਨੀ ਕਾਊਂਟਰ ਦੇ ਆਪਣੇ ਮੇਜਰ ਤਲੋਚਨ ਦੇ, ਅਤੇ ਦੂਏ ਦਿਨ ਫਿਰ ਜਾ ਕੇ ਉੱਥੇ ਹਮਲਾ ਕੀਤਾ, ਅਤੇ ਹਮਲੇ ਸਾਡੇ ਬੰਦੇ 47 ਬੰਦੇ ਮਰੇ ਜੀ ਉੱਦਣ, 107 ਬੰਦਾ ਹੋਇਆ ਜ਼ਖਮੀ। ਅਤੇ ਫਿਰ ਸਾਰਾ ਦਿਨ ਤੋਂ ਲੜਦੇ ਰਹੇ, ਅਤੇ ਸਾਰਾ ਦਿਨ ਫਿਰ ਜ਼ਖਮੀਆਂ ਨੂੰ ਢੋਂਦੇ ਰਹੇ, ਅਤੇ ਉਹਦੇ ਬਾਅਦ ਫਿਰ ਜਿਹੜੇ ਮਰੇ ਵਿੱਚ ਉਹਨਾਂ ਨੂੰ ਇਕੱਠੇ ਕਰਕੇ ਅਤੇ ਦਾਗ ਦੂਗ ਲਾਉਣ ਲੱਗੇ, ਅਤੇ ਦਾਗ ਲਾਉਣ ਦੇ ਪਹਿਲਾਂ ਉਹ ਕਹਿੰਦੇ ਵੀ ਅਸਲਾ ਇਕੱਠਾ ਕਰੋ ਪਾਕਿਸਤਾਨ ਦਾ, ਜਿਹੜੇ ਬੰਦੇ ਮਾਰੇ ਆ ਉਹਨਾਂ ਨੇ। ਕਿੰਨੇ ਕੁ ਬੰਦੇ ਤੁਸੀਂ ਉੱਥੇ ਤੱਕ, ਕਿੰਨੇ ਕੁ ਬੰਦੇ ਤਕਰੀਬਨ ਤੁਸੀਂ ਉੱਥੇ ਮਾਰੇ ਸੀਗੇ? ਉੱਥੇ ਸਾਡੇ ਕਰੀਬਨ ਉਹਨਾਂ ਨੇ ਪਲਟਣ ਦੇ ਬੰਦੇ ਸੀਗੇ 500 ਬੰਦਾ, ਅਤੇ ਅਸੀਂ ਇੱਕ ਪਲਟਣ ਪਿੱਛੇ ਕੰਪਨੀ ਲਾਤੀ ਸੀ ਉਹਨਾਂ ਦੀ ਪੀਰ ਪੇਟ ਦੀ ਬੈਕ ਸਾਈਡ 'ਤੇ, ਵੀ ਜਿਹੜਾ ਜਾਊਗਾ ਬੈਕ ਉਹਨਾਂ ਨੂੰ ਤੁਸੀਂ ਮਾਰੀ ਜਾਣਾ, ਅਤੇ ਬਾਕੀ ਅਸੀਂ ਦੂਈ ਕੰਪਨੀਆਂ ਨੇ ਇੱਧਰ 'ਤੇ ਹਮਲਾ ਕਰਤਾ, ਉੱਧਰ 'ਤੇ ਉਹਨਾਂ ਨੇ ਜਿਹੜੇ ਦੌੜਾਂ 'ਤੇ ਉਹਨਾਂ ਨੂੰ ਉਹ ਮਾਰੀ ਗਏ, ਉੱਥੇ ਤਾਂ ਬੰਦਾ ਕੋਈ ਨਹੀਂ 500 ਬੰਦੇ ਮੈਂ ਜਾਣਦੇ ਆ। ਅੱਛਾ, ਮਤਲਬ 500 ਦੇ 500 ਜਿਹੜੇ ਉਹਨਾਂ ਦੇ ਉੱਥੇ ਸਾਰੇ ਤੁਸੀਂ ਮਾਰੇ ਮਾਰਤੇ? ਸਾਡੇ ਨਾਲ ਇੱਕ 5 ਡੋਗਰਾ ਸੀ, ਇੱਕ ਸਾਡੇ ਨਾਲ ਸਿੱਖ ਲਾਈ ਤੀ, ਅਤੇ ਉਹਦੇ 'ਚ ਕਿਆ ਹੋਇਆ ਡੋਗਰਾ ਦੇ ਤਾਂ 75 ਬੰਦਿਆਂ ਦੀ ਗਰਦਨ ਹੀ ਗਰਦਨ ਨਾ ਲਾ ਜੀ, ਉਹਨਾਂ ਨੇ ਫਿਕਸ ਲਾਈਨ 'ਤੇ ਗੰਨ ਲਾਈ ਵੀ ਸੀ। ਅੱਛਾ ਜੀ, ਅਤੇ ਉਹਨਾਂ ਦੀ ਧੜਾਂ ਅਲੱਗ ਅਤੇ ਸਿਰ ਅਲੱਗ। ਤੁਸੀਂ ਸਮਝਾ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਕਿ ਕਿਵੇਂ ਹੁੰਦਾ ਵੀ ਜਿਹੜੇ ਉਹ ਜਿਹੜਾ ਤੁਸੀਂ ਦੱਸ ਰਹੇ ਹੋ 75 ਬੰਦਿਆਂ ਦੀ ਗਰਦਨਾਂ ਕਿਵੇਂ ਲਾਈਆਂ? ਉਹ ਜਿਹੜਾ ਦਰਖਤ ਆ, ਇਹ ਦਰਖਤ ਦੇ ਸਟਾਂਗੜ 'ਚ ਰੱਖੀ ਵੀ ਹੁੰਦੀ ਆ ਗੰਨ, ਫਿਕਸ ਲਾਈ ਹੁੰਦੀ ਲਾਈਨ, ਫਿਕਸ ਲਾਈਨ ਉਹਨੂੰ ਕਹਿੰਦੇ ਜਿਹੜਾ ਰਸਤਾ ਪੱਗ ਡੰਡੀ ਆ ਰਹੀ ਹੈ ਉਸੀ ਬੀ ਸੀ ਡੰਡੀ ਨੂੰ ਆ ਸਕਾਂ, ਉਹਦੇ ਰਸਤਾ ਹੈ ਜਾਂਦਾ ਉੱਥੇ ਕੋਈ। ਅੱਛਾ, ਅਤੇ ਉਹਨਾਂ ਨੇ ਉਹ ਫਿਕਸ ਲਾਈਨ ਲਾ ਤੀ ਗੰਨ, ਅਤੇ ਜਿਹੜਾ ਬੰਦਾ ਆਈ ਗਿਆ ਫਿਰ ਉਸਦੇ ਮੁਰੇ ਉਹ ਹੋਰ ਰਸਤਾ ਕੋਈ ਉਹਨਾਂ ਦੇ ਚੜ੍ਹਨੇ ਨੂੰ ਹੈ ਨਹੀਂ ਤਾਂ, ਅਤੇ ਅਸੀਂ ਖਿੱਲਰ ਖੁੱਲਰ ਕੇ ਚੜ੍ਹੇ ਹਾਂ। ਸਵੇਰੇ ਦਿਨ ਚੜ੍ਹਦੇ ਇਹਨੂੰ ਫਿਰ ਇੱਕ ਬੰਦਾ ਰਹਿ ਗਿਆ ਉਹਨਾਂ ਦੇ ਟੱਕ ਡੁੰਮ ਕਰਦਾ ਰਿਹਾ, ਅਤੇ ਉਹ ਵੀ ਫਿਰ ਅਸੀਂ ਜਾ ਕੇ ਘੇਰਾ ਪਾ ਗਿਆ, ਉਹ ਵੀ ਮਾਰਤਾ, ਫਿਰ ਮੋਰਚਾ ਫਤਿਹ ਕਰਤਾ, ਅਤੇ ਪਿੱਛੇ ਤੋਂ ਸਾਡੇ ਬੰਦੇ ਆ ਗਏ, ਉਹਨਾਂ ਨੇ ਅਫਸਰਾਂ ਨੇ ਆਣ ਕੇ ਮੌਕਾ ਦੇਖਿਆ, ਦੇਖ ਕੇ ਅਸਲਾ ਉਸਲਾ ਇਕੱਠਾ ਕਰਾਇਆ, ਕੋਈ ਜ਼ਖਮੀ ਢੋਏ ਫਿਰ ਅਸੀਂ ਸਾਰੇ ਦਿਨ, ਅਤੇ ਉਸ ਤੋਂ ਬਾਅਦ ਫਿਰ ਸਾਨੂੰ ਦੂਏ ਦਿਨ ਫਿਰ ਉਹਨਾਂ ਨੇ ਕਾਊਂਟਰ ਅਟੈਕ ਕਰਨ ਦੇ ਵਾਸਤੇ ਫਿਰ ਤਿਆਰੀ ਕਰ ਲਈ, ਫਿਰ ਆਪਾਂ ਕਾਊਂਟਰ ਅਟੈਕ ਦੀ ਤਿਆਰੀ ਕਰੀ ਹੋਈ ਹੈ, ਫਿਰ ਅਸੀਂ ਮੋਰਚਿਆਂ 'ਚ ਖੜ੍ਹ ਗਏ ਡਟ ਕੇ, ਅਤੇ ਖਾਣਾ ਪੀਣਾ ਸਾਨੂੰ ਉੱਥੇ ਕੁਛ ਨਹੀਂ ਮਿਲਿਆ ਉਸ ਟਾਈਮ। ਅੱਛਾ ਜੀ, ਹਾਂ, ਫਿਰ ਤੁਸੀਂ ਕਿਵੇਂ ਗੁਜ਼ਾਰਾ ਕੀਤਾ ਉੱਥੇ? ਜਿਵੇਂ ਗੁਜ਼ਾਰਾ ਬਸ ਇਤਨੇ ਭੁੱਖੇ ਥੇ ਨੇ, ਕੱਟਿਆ ਦਰਖਤਾਂ ਪੱਤੇ ਪੁੱਤੇ ਚੱਬ ਗਏ। ਅੱਛਾ, ਹਾਂ, ਕੋਈ ਖਾਣੇ ਪੀਣੇ ਦਾ ਕੋਈ ਸਾਧਨ ਹੈ ਨਹੀਂ ਤਾਂ ਉੱਥੇ। ਹਾਂ, ਕਿੰਨੇ ਕਿੰਨਾ ਸਮਾਂ ਤੁਸੀਂ ਇਹ ਜਿਹੜੇ ਪੱਤੇ ਖਾ ਕੇ ਗੁਜ਼ਾਰਾ ਕੀਤਾ? 2-3 ਦਿਨ ਲੱਗ ਲਿਆ ਜੀ ਸਾਡੇ ਇੱਥੇ। ਅੱਛਾ ਜੀ, ਹਾਂ, ਫਿਰ ਅਸੀਂ ਸਾਨੂੰ ਪਿੱਛੇ ਪੋਸਟਾਂ ਦੇ ਤੀਆਂ ਉਹਨਾਂ ਨੇ, ਅਤੇ ਸੂਜੀ ਪੇਟ 'ਤੇ ਇੱਕ, ਅਤੇ ਹੋਰ ਅੰਬਾਲਾ 1-2 ਹੈ ਪੋਸਟਾਂ 'ਤੇ ਅਸੀਂ ਰਹੇ ਹਾਂ ਉੱਧਰ ਫਿਰ, ਅਤੇ ਉੱਧਰ ਪੈਟਰੋਲਿੰਗ ਪੈਟਰੋਲਿੰਗ ਏਰੀਆ ਮੈਂ ਕਰਦੇ ਰਹੇ ਹਾਂ, ਉੱਥੇ ਵੀ ਸਾਡੇ ਟਾਕਰੇ ਹੁੰਦੇ ਰਹੇ ਹੈ, ਲੇਕਿਨ ਅਸੀਂ ਉੱਥੇ ਕਾਮਯਾਬ ਹੋ ਗਏ ਉੱਥੇ ਮਹਿੰਦਰ ਬ੍ਰਿਗੇਡ ਟੱਕ। ਹਾਂ ਜੀ, ਸਾਡੀ ਪਲਟਣ ਨਹੀਂ ਉੱਥੇ, ਸਾਨੂੰ ਇਹ ਵਾਇਦਾ ਕਰਦੇ ਸੀ ਜਦੋਂ ਵੀ ਸਾਨੂੰ ਨਿਆਮ ਦਵਾਵਾਂਗੇ ਫਲਾਣਾ ਕਰਾਂਗੇ, ਸਾਨੂੰ ਦੁਆ ਦੁਆ ਕਿਸੇ ਨੇ ਕੁਛ ਨਹੀਂ ਹੈ। ਨਹੀਂ, ਤੁਸੀਂ ਮੈਨੂੰ ਜਿਵੇਂ ਪਹਿਲਾਂ ਦੱਸ ਰਹੇ ਸੀਗੇ ਕਿ ਜਦੋਂ ਤੁਸੀਂ ਉੱਥੋਂ ਲੈ ਕੇ ਆਏ ਬੰਦਿਆਂ ਨੂੰ ਚੱਕ ਕੇ, ਸੂਬੇਦਾਰ ਕੁਛ ਬੰਦਿਆਂ ਨੂੰ ਜਿਹੜੇ ਔਡਿਟ ਹੋ ਗਏ, ਉਦੋਂ ਤੁਹਾਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਇਨਾਮ ਦੇਵਾਂਗੇ? ਹਾਂ, ਉਦੋਂ ਸਾਨੂੰ ਉਹ ਤੋਂ ਫਿਰ ਦੁਬਾਰਾ ਇੱਧਰ ਅਤੇ ਦੂਏ ਸੈਕਟਰ 'ਚ ਮੰਡੀ ਸੈਕਟਰ 'ਚ ਗਏ ਜਦੋਂ। ਅੱਛਾ ਜੀ, ਮੰਡੀ ਸੈਕਟਰ 'ਤੇ ਉਹਨਾਂ ਨੇ ਕਬਜ਼ਾ ਕਰ ਲਿਆ, ਅਸੀਂ ਅੱਗੇ ਸੀ ਕਿਨਾਰੀ ਪੇਟ 'ਤੇ। ਅੱਛਾ ਜੀ, ਕਿਨਾਰੀ ਪੇਟ ਤੋਂ ਫਿਰ ਸਾਨੂੰ ਆਰਡਰ ਮਿਲਿਆ, ਕਾਠ ਪੰਜਾਲ ਦੇ ਰਹਿੰਦੇ ਸੀ ਸਾਡੇ ਬੰਦੇ, ਮੇਜਰ ਸਾਹਿਬ ਦਾ ਸਾਡਾ ਅਤੇ ਇੱਕ ਲੈਫਟੈਂਟ ਦਾ ਨਵਾਂ, ਅਤੇ ਉਹ ਕਹਿਣ ਲੱਗੇ ਵੀ ਉਹ ਫਲਾਣੇ ਫਲਾਣੇ ਬੰਦੇ ਨੂੰ ਲਿਆਓ ਬੁਲਾਓ ਜਾਂ ਸਾਨੂੰ ਲੈ ਆ ਚੱਕ ਕੇ ਜ਼ਖਮੀਆਂ ਨੂੰ, ਉਹ ਛਾਤੀ ਗਏ ਜ਼ਖਮੀ ਦੇ, ਉੱਥੇ ਬੰਬਾਂ ਨੇ ਉਹਨਾਂ ਜ਼ਖਮ ਕਰਤੇ ਛਾਤੀ ਛੁੱਤੀ 'ਚ ਮੂੰਹ 'ਚ, ਅਤੇ ਉਹਨਾਂ ਨੂੰ ਕਾਠ ਪੰਜਾਲ ਤੋਂ ਪਹਿਲਾਂ ਕਿਨਾਰੀ ਦੇ ਨੀਚੇ ਉੱਤੇ ਦੰਗਲ ਪੇੜ 'ਤੇ, ਦੰਗਲ ਤੋਂ ਫਿਰ ਕਾਠ ਪੰਜਾਲ ਗਏ, ਕਾਠ ਪੰਜਾਲ 'ਤੇ ਫਿਰ ਉਹਨਾਂ ਨੂੰ ਲੈ ਕੇ ਨੀਚੇ ਆਏ,
ਅਤੇ ਅੱਗੇ ਫਿਰ ਮੰਡੀ ਸ਼ਹਿਰ 'ਚ ਉਹਨਾਂ ਨੇ ਕਬਜ਼ਾ ਕਰਿਆ ਵਾ ਤਾਂ ਪਾਕਿਸਤਾਨ ਨੇ। ਅੱਛਾ ਜੀ। ਅਤੇ ਮੰਡੀ ਸ਼ਹਿਰ ਦੇ ਜਾਣੇ ਜੋਗੇ ਫਿਰ ਦੂਏ ਦਿਨ ਮਹਾਰਾਜ ਪਟਿਆਲੇ ਨੂੰ ਪਤਾ ਲੱਗਿਆ ਕਿ ਜਿਹੜੀ ਬੈਟਰੀ ਵੱਜੀ ਮਹਾਰਾਜ ਪਟਿਆਲੇ ਦੀ, ਉਹਨਾਂ ਨੇ ਸਿਪਾਹੀ ਢਾਠ ਲਿਆ ਵੀ ਜਿਹੜੀ ਸਿੱਖ ਪਲਟਣ ਅੱਗੇ ਫਸੀ ਵੀ ਉਹਨੂੰ ਮੈਂ ਕੱਢਾਂਗਾ। ਫਿਰ ਉਹਨਾਂ ਦਾ 100-100 ਗੋਲਾ ਰਿਵਟ ਸਾਡੇ ਉੱਪਰ ਨੂੰ ਆਉਂਦਾ ਰਿਹਾ ਵੀ ਸਾਨੂੰ ਹੌਸਲਾ ਹੋ ਗਿਆ, ਜਦ ਕੋਪਰਾ ਪਹਾੜੀ ਔਰ ਖਾਲਸਾ ਪਹਾੜੀ ਦੇ ਉੱਪਰ ਨੂੰ ਗੋਲੇ ਗਏ ਹੈ ਅਤੇ ਸਾਨੂੰ ਹੌਸਲਾ ਗਿਆ ਵੀ ਸਾਡੇ ਹੁਣ ਗੋਲੇ ਲੱਗ ਗਏ, ਸਾਡਾ ਬਚਾਅ ਹੋ ਜੂਗਾ, ਤਾਂ ਫਿਰ ਉਹਨਾਂ ਨੂੰ ਅਸੀਂ ਲੈ ਕੇ ਆਏ ਹਾਂ। ਅਤੇ ਫਿਰ ਮੰਡੀ ਸ਼ਹਿਰ 'ਚ ਸਾਡੇ ਵਾਸਤੇ ਰਾਸ਼ਨ ਪਾਣੀ ਬਣਿਆ ਵਾ, ਤਾਂ ਉੱਥੇ ਇੱਕ ਇੱਕ ਦੋ ਪੂਰੀ ਖਾਈ ਗਈ, ਭੁੱਖ ਮਰ ਲਈ ਤੀ ਅਤੇ ਭੁੱਖਿਆਂ ਵਾ ਖਾਇਆ ਖੋਇਆ ਤਾਂ ਕੁਛ ਨਹੀਂ ਗਿਆ, ਪਰ ਰੁਚਿਤ ਉਹ ਥੀ। ਹਾਂਜੀ। ਨਹੀਂ, ਇਹ ਮਤਲਬ ਜਿਹੜੇ ਤੁਹਾਡੇ ਜਿਵੇਂ ਤੁਸੀਂ ਸੀ ਜਾਂ ਤੁਹਾਡੇ ਨਾਲ ਦੇ ਕੁਛ ਹੋਰ ਹੋਣਗੇ ਜਿਨ੍ਹਾਂ ਨੇ ਬੜੀ ਬਹਾਦਰੀ ਨਾਲ ਉਦੋਂ ਲੜਾਈ ਲੜੀ, ਅਤੇ ਉਦੋਂ ਉਹਨਾਂ ਨੂੰ ਕਿਹਾ ਗਿਆ ਕਿ ਵੀ ਜਦੋਂ ਤੁਸੀਂ ਵਾਪਸ ਪਹੁੰਚੋਗੇ ਤੁਹਾਡਾ ਸਨਮਾਨ ਹੋਏਗਾ, ਸੋ ਉਸ ਤਰ੍ਹਾਂ ਨਹੀਂ ਹੋਇਆ? ਨਾ, ਉਹ ਨਹੀਂ ਹੋਇਆ ਜੀ। ਸਾਨੂੰ ਕਹਿੰਦੇ ਤੁਹਾਨੂੰ ਇਨਾਮ ਦਵਾਵਾਂਗੇ ਜੀ, ਸਾਨੂੰ ਵੀਰ ਚੱਕਰ ਦਵਾਵਾਂਗੇ, ਤੁਸੀਂ ਬਹੁਤ ਸੁਰਮ ਗਤੀ ਕਰੀ ਹੈ, ਅਸੀਂ ਜ਼ਖਮੀ ਵੀ ਢੋਏ ਆ, ਉਹਨਾਂ ਨੂੰ ਵੀ ਲਿਆਏ ਸੂਬੇਦਾਰ ਨੂੰ, ਰਾਮ ਸਾਹਿਬ ਨੂੰ ਲਿਆਏ ਲੁਟੈਣ ਨੂੰ, ਅਤੇ ਸਾਡਾ ਮੇਹ ਸਾਹਿਬ ਜਗਦੇਵ ਸਿੰਘ ਦਾ ਉਸ ਟਾਈਮ, ਅਤੇ ਜਦੋਂ ਆਹ ਜਿਹੜੀ ਕੀ ਲੜਾਈ ਲੜੇ ਆ ਕਾਰਗਲ 'ਤੇ, ਕਾਰਗਲ ਵਾਲੀ ਮਾਂ ਸਾਡਾ ਮੇਜਰ ਤਲੋਚਨ ਸਾਹਿਬ ਦਾ ਜਾਂ ਜਰਨਲ ਪੈਨਸ਼ਨ ਆਈ ਹੈ। ਹਾਂ, ਬਾਕੀ ਇਹਨਾਂ ਨੂੰ ਮੇਰੇ ਬਾਰੇ ਸਾਡੇ ਬਾਰੇ ਇਹ ਪੁੱਛ, ਇਹਨਾਂ ਤੋਂ ਪੁੱਛ ਸਕਦੇ ਹਾਂ। ਹਾਂ, ਤੁਸੀਂ ਜਿਹੜੀ ਕੁਛ ਗਰਨੇਡ ਦਾ ਜਿਹਦੇ ਬਾਰੇ ਕੋਈ ਪਹਿਲਾਂ ਸਾਨੂੰ ਦੱਸ ਰਹੇ ਸੀ ਆਫ ਦਾ ਕੈਮਰਾ ਕਿ ਉਹ ਕਿੱਸਾ ਕੀ ਸੀ? ਉਹ ਕਿੱਸਾ ਇਸ ਤਰ੍ਹਾਂ ਦਾ ਜੀ, ਅਸੀਂ ਉੱਥੇ ਮਹਿੰਦਰ ਜਦੋਂ ਮੰਡੀ ਸ਼ਹਿਰ 'ਤੇ ਨਾ ਮੰਡੀ ਅਤੇ ਅੱਗੇ ਗਲੀ ਪੇੜ 'ਤੇ ਉੱਥੇ ਜਿਹੜੇ ਸਾਡੇ ਕੁਲੀ ਤੇ ਸਾਡੇ ਨੂੰ ਭੁੱਖਿਆਂ ਨੂੰ ਪਤਾ ਭੁੱਖੇ ਹੈ, ਉਹ ਹੈ ਤੋਂ ਪਾਕਿਸਤਾਨ ਕੇ ਡੋਟ ਬਣੇ ਹੋਏ ਤੇ ਹਾਲੇ ਕਿ ਆਪਣੀ ਕੌਮ ਦੀ ਮਦਦ ਕਰਦੇ ਸੀ, ਹੈ ਤੋਂ ਉਹਨੇ ਝੋਲਾ ਗਰਨੇਡ 'ਤੇ ਸਾਨੂੰ ਕਹਿ ਵੀ ਮੱਕੋ ਕੇ ਦਾਣੇ ਲਿਆਏ ਤੁਹਾਡੇ ਵਾਸਤੇ, ਆਟੇ ਦਾਣੇ ਮਤਲਬ ਮੱਕੀ ਕੇ ਦਾਣੇ ਵੀ ਮੱਕੀ ਕੇ ਦਾਣੇ ਲਿਆਏ ਭੁੱਖੇ ਹੈ ਵੀ ਸਾਡੇ ਵਾਸਤੇ ਆਟੜੋ ਲਿਆਏ ਵੀ ਆਂਡੇ ਲਿਆਏ ਮੁਰਗੀਆਂ ਕੇ, ਅਸੀਂ ਲਾਲਚ ਮਾ ਕੇ ਚਲੋ ਖਾਏਗੇ ਭੁੱਖੇ ਹੈ, ਅਤੇ ਉਹਨਾਂ ਨੇ ਲਾਗੇ ਆਣ ਕੇ ਨੱਠ ਕੇ ਬੈਂਕਰਾਂ ਪਰ ਚੜ੍ਹ ਕੇ ਪਿੰਨ ਕੱਟ ਕੱਟ ਕੇ ਗਰਨੇਡ ਲੂਹ ਫੋਲ ਮਨ ਅੰਦਰ ਲੱਗ ਗਏ ਗੇਰਨ। ਤੁਸੀਂ ਮਤਲਬ ਬੈਂਕਰ 'ਚ ਨੀਚੇ ਸੀ? ਹਾਂ, ਅਸੀਂ ਬੈਂਕਰ 'ਚ ਨੀਚੇ ਸੀਗੇ। ਕਿਆ ਹੋਇਆ, ਉਹ ਪਹਿਲਾਂ ਜਦ ਗਰਨੇਡ ਗੇਰਿਆ ਉਹਦਾ 7 ਸੈਕਿੰਡ ਟਾਈਮ ਹੁੰਦਾ, ਉਹ ਮੇਰੇ ਨਾਲ ਦਾ ਸਾਧੂ ਸਿੰਘ ਦਾ ਉਹਦਾ ਉਹਨੇ ਹੱਥ ਪਾਇਆ ਤੋ ਗਰਨੇਡ ਫਟ ਗਿਆ, ਪਹਿਲਾਂ ਗਰਨੇਡ ਜਦ ਗੇਰਿਆ ਪਹਿਲਾਂ ਤੋਂ ਮੈਂ ਚੱਕਿਆ ਚੱਕ ਕੇ ਬਾਹਰ ਗੇਰਤਾ, ਅਤੇ ਉਹਦੇ ਬਾਅਦ ਫਟਿਆ ਨਹੀਂ, ਮਤਲਬ ਜਿਹੜਾ ਤੁਸੀਂ ਨਾ ਫਟਿਆ ਨਹੀਂ, ਕਿਉਂ 7 ਸੈਕਿੰਡ ਦੇ ਪਹਿਲਾਂ ਗੇਰਤਾ, ਉਹਦਾ 7 ਸੈਕਿੰਡ ਟਾਈਮ ਹੁੰਦਾ ਆ, ਉਹ ਥੋੜ੍ਹਾ ਢਿੱਲਾ ਦਾ ਬੰਦਾ ਜਿਹਨਾਂ ਹੱਥ ਬੰਦਾ ਰਿਹਾ ਤਾਂ ਨਾ ਗਰਨੇਡ ਫਟ ਗਿਆ, ਅਤੇ ਫਿਰ ਜੀ ਅੱਖਾਂ ਉੱਖਾਂ ਦਾ ਜ਼ਖਮੀ ਹੋ ਗਿਆ, ਗੁੱਟ ਦਾ ਜ਼ਖਮੀ ਹੋ ਗਿਆ, ਅਤੇ ਫਿਰ ਉਹ ਦਿਨ ਕਰਾਰ ਨਹੀਂ ਚੱਲ ਪਿਆ, ਉਹਨਾਂ ਨੇ ਅੱਖਾਂ ਕੱਢਦੀਆਂ ਉਹਦੀਆਂ, ਅਤੇ ਉਹਦੇ ਗੁੱਟ ਕੱਟ ਵੱਢ ਕੇ ਫਿਰ ਸੁੱਟਤਾ, ਉਹ ਮਾਰਦੇ ਨਹੀਂ ਸੀ, ਉਹ ਦੁਰਦਿਸ਼ਾ ਕਰਦੇ ਸੀ ਬੰਦੇ ਸੀ। ਮਤਲਬ ਆਪਾਂ ਦਰਸ਼ਕੋ ਇਹ ਦੇਖ ਸਕਦੇ ਹਾਂ ਕਿ ਜਿਹੜਾ ਯੁੱਧ ਹੈ ਸਿੱਧਾ ਫੌਜੀਆਂ ਦੀ ਫੌਜੀਆਂ ਨਾਲ, ਜਿਹੜੀ ਆਪਾਂ ਕਹਿੰਦੇ ਕਿ ਬੰਦੂਕਾਂ ਨਾਲ ਜਾਂ ਟੈਂਕਾਂ ਨਾਲ ਲੜਾਈ ਹੁੰਦੀ ਹੈ, ਉਸ ਤੋਂ ਇਲਾਵਾ ਇਸ ਤਰ੍ਹਾਂ ਦੀ ਜਿਹੜੀ ਹੈਗੇ ਨੇ ਤਰੀਕੇ ਬਣਾਏ ਜਾਂਦੇ ਨੇ ਜਾ ਕੇ ਜਿੱਥੇ ਆਪਣੇ ਟੌਂਟਾਂ ਨੂੰ ਪਹੁੰਚਾਇਆ ਜਾਂਦਾ। ਹਾਂ, ਉੱਥੇ ਯਾਰ ਦਵਿੰਦਰ ਨਵਾਂ ਦਾ ਲਫਟੈਨ ਦਾ ਸਾਡੇ ਨਾਲ, ਉਹ ਸਾਡੀ ਜਿਹੜੀ ਪਲਟੂਨ ਦੀ ਲੱਗੀ ਵੀ ਉਹਦੇ 6 ਜਵਾਨ ਸਮਾਂ, ਜਦੋਂ ਉਹਨਾਂ ਨੇ ਇਹ ਹਾਦਸਾ ਦੇਖਿਆ ਪਿੱਛੇ ਵੀ ਉਹਨਾਂ ਨੇ ਦੇਖ ਲਿਆ ਵੀ ਮੰਡੀ ਸ਼ਹਿਰ 'ਤੇ ਕਬਜ਼ਾ ਹੋ ਗਿਆ, ਡਰ ਕੇ 6 ਬੰਦਿਆਂ ਨੇ ਤਾਂ ਬਤਾਰ ਨਾਲੇ ਛਾਲਾਂ ਮਾਰ ਕੇ ਮਰ ਗਏ ਲੂਹ ਹੋਲ ਦੇ ਵਿੱਚ ਨੂੰ, ਵੀ ਇਹਨਾਂ ਦੇ ਹੱਥ ਨਹੀਂ ਆਉਣਾ ਹੈ। ਮਾਂ ਲਾਂਗੜੀ ਦਾ ਜਿਹੜਾ ਚੀਲ 'ਤੇ ਚੜਿਆ ਵਾ ਉੱਪਰ ਡਰ ਕੇ ਲਿਖਦੇ ਕਿ ਦਿਖਦਾ ਤਾਂ ਕੋਈ ਹੈ ਜਾਂਦਾ ਰਾਤ ਦਾ ਟਾਈਮ ਦਾ, ਉਹਨੇ ਕਿਹਾ ਵੀ ਕੋਈ ਪਾਕਿਸਤਾਨ ਦੀ ਟੁਕੜੀ ਆ ਰਹੀ ਆ ਵੀ ਚੱਲ ਮੈਂ ਉੱਪਰ ਚੜ੍ਹ ਜਾ, ਉੱਪਰ ਚੜ੍ਹਿਆ ਜਦੋਂ ਸਾਡੀ ਨਿਗਾਹ ਪੈ ਗਿਆ, ਮਹਾਂ ਕੌਣ ਹੈ ਤੂੰ, ਉਹਨੇ ਮਹਾਂ ਬੋਲ ਪਛਾਣ ਲਿਆ, ਉਹ ਕਹੇ ਵੀ ਮੈਂ ਆ ਧੁੰਮਾ ਲਾਂਗੜੀ ਸਾਰਾ, ਫਿਰ ਮੈਂ ਉਹਨੂੰ ਕਿਹਾ ਚਲਿਆ ਪੈਂਚਰ ਡਰੇਨ ਕਰਦੇ ਆ ਜਾ ਤੂੰ, ਉਹਨੂੰ ਨਾਲ ਲੈ ਕੇ ਆਏ ਫਿਰ, ਅਤੇ ਉਹ ਵੀ ਧੋਤੀ ਧੁੱਤੀ ਪਟ ਗਈ ਵਿਚਾਰੇ ਜੀ ਲਾਂਗੜੀ, ਬੁਰਾ ਹਾਲ ਹੋਇਆ ਵਾ, ਅਤੇ ਅਸੀਂ ਦੰਗਲ ਪੇਟ 'ਤੇ ਆਏ ਨੀਚੇ, ਅਤੇ ਦੂਏ ਦਿਨ ਸਾਨੂੰ ਫਿਰ ਸੂਜੀ ਪੇਟ 'ਤੇ ਚੜ੍ਹਾ ਤਾ, ਸੂਜੀ ਪੇਟ 'ਤੇ ਰਹੇ ਜੀ ਸਾਨੂੰ, ਅਸੀਂ ਰਾਸ਼ਨ ਰੂਸ਼ਨ ਟੋਲਿਆ ਉੱਥੇ CRP ਦੀ, ਉਹ CRP ਭੱਜ ਗਈ ਤੀ, ਅਸੀਂ ਮੁੜ ਕੇ ਜਾ ਕੇ ਉਹ ਸਾਨੂੰ ਚੌਲ ਥਿਆਏ ਕੁਛ ਕੋਈ ਟੀਨ,
ਘੀਆ ਕੱਢ ਕੇ ਲੈਟਰੀਆਂ ਮਾਂ ਦਿਓ, ਖੋਲ ਖਾਲ ਕੇ ਖਿਚੜੀ ਬਣਾ ਕੇ ਖਾਈ, ਕੋਈ ਅੱਗ ਬਾਲਿਆ ਹੋਇਆ ਤਾਂ ਕੋਈ ਜਾ ਕੇ ਚੌਲ ਪਾਇਆ ਹੋਇਆ ਤਾਂ ਪਤੀਲੇ ਮਾਂ, ਜਿੱਥੇ ਧੂੰਆਂ ਨਿਕਲਿਆ ਤਾਂ ਉੱਥੇ ਗੋਲਾ ਆਵੇਗਾ ਠਾ ਦੇਗੀ। ਫਿਰ ਸਾਹਮਣੇ ਉਹਨਾਂ ਨੂੰ ਜਿਹੜਾ ਮਿਲ ਜਾਂਦਾ ਸੀ ਨਿਸ਼ਾਨਾ, ਹਾਂ ਨਿਸ਼ਾਨਾ। ਫਿਰ ਉਹਨਾਂ ਨੇ ਕਿਆ ਕਰਿਆ, ਲਾਲ ਟਰੈਂਚਰ ਪਹਿਲਾਂ ਦੋ ਰਾਊਂਡ ਬਰੈਸਟ ਮਾਰਨੇ ਐਮ ਐਮ ਜੀ ਕੇ, ਉਸ ਤੋਂ ਬਾਅਦ ਲਾਲ ਟਰੈਂਚਰ ਦਾ ਗੋਲਾ ਮਾਰਨਾ। ਉਹ ਗੋਲਾ ਸਾਡਿਆ ਮੋਰਚੇ ਮਾਂ ਜਿਹੜਾ ਸੰਤਰੀ ਖੜਾ ਤਾ ਕੇਵਲ ਸਿੰਘ, ਮੋਰਚੇ ਸੁੱਧੇ ਹੀ ਲੈ ਗਏ ਕੇਵਲ ਸਿੰਘ ਨੂੰ ਧੂ ਕੇ, ਅਤੇ ਸਾਡੇ ਬੰਦੇ ਫਿਰ ਸਦੇ ਹਰੇਗੀ ਭੈਣ ਜਿੱਥੇ ਹੀ ਬਚਾਉਣੀ ਹੋਣਾ, ਉਹ ਤਾਂ ਹਨੇਰਾ ਲੱਗਿਆ ਹੁਣ। ਅਤੇ ਉਦਣ ਫਿਰ ਉਹ ਸਾਰੀ ਰਾਤ ਉੱਥੇ ਜੰਗ ਲੜਦੇ ਰਹੇ। ਉਹ ਤੋਂ ਬਾਅਦ ਦੂਜੇ ਦਿਨ ਫਿਰ ਸਾਨੂੰ ਆਰਡਰ ਮਿਲ ਗਿਆ ਵੀ ਪਿੱਛੇ ਆ ਜਾਓ, ਉਹ ਦੂਜੀ ਪਲਟਨ ਆ ਰਹੀ ਹੈ, ਵੀ ਤੁਸੀਂ ਪਿੱਛੇ ਆ ਜਾਓ, ਸਾਡੇ ਉੱਥੇ ਤਬਾਦਲਾ ਕਰਦੇ, ਅਸੀਂ ਨੀਚੇ ਆ ਗਏ, ਸਾਡੀ ਜਗ੍ਹਾ 'ਤੇ ਹੋਰ ਚਲੇ ਗਏ। ਦੋਸਤੋ, ਜਿਵੇਂ ਤੁਸੀਂ ਜਾਣਿਆ ਕਿ ਉਸ ਤਰ੍ਹਾਂ ਦੇ ਖੌਫਨਾਕ ਮਾਹੌਲ ਦੇ ਵਿੱਚ ਵੀ ਜਿਹੜੇ ਸਾਡੇ ਦੇਸ਼ ਦੇ ਜਿਹੜੇ ਫੌਜੀ ਨੇ ਬੜੇ ਜ਼ਿੰਦਾ ਦਿਲੀ ਨਾਲ ਲੜਦੇ ਨੇ, ਕਈ ਵਾਰੀ ਬਹੁਤ ਸਾਰੇ ਉਹਨਾਂ ਨੂੰ ਵਾਅਦੇ ਕੀਤੇ ਜਾਂਦੇ ਉਹ ਪੂਰੇ ਨਹੀਂ ਹੁੰਦੇ, ਕਈ ਵਾਰੀ ਜਿਹੜੀਆਂ ਕਿਸ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਜਿਹੜੀਆਂ ਉਸ ਵਕਤ ਤੋਂ ਅੰਦਾਜ਼ਾ ਨਹੀਂ ਲਗਾਉਂਦੇ, ਬਾਅਦ ਦੇ ਵਿੱਚ ਉਹਨਾਂ ਨੂੰ ਉਹਨਾਂ ਦੀਆਂ ਪੈਨਸ਼ਨ ਰਿਲੇਟਡ ਜਾਂ ਹੋਰ ਕਿਸੇ ਤਰ੍ਹਾਂ ਦੇ ਫੰਡਸ ਰਿਲੇਟਡ ਇਸ਼ੂ ਆ ਜਾਂਦੇ ਨੇ। ਸੋ ਉਹ ਜਿਹੜੇ ਆ, ਸਾਡੀ ਇਸ ਵੀਡੀਓ ਦਾ ਮਕਸਦ ਇਹ ਵੀ ਹੈ ਕਿ ਉਹ ਵੀ ਸਰਕਾਰਾਂ ਤੱਕ ਪਹੁੰਚੇ, ਤਾਂ ਕਿ ਡਿਫੈਂਸ ਮਿਨਿਸਟਰੀ ਜਾਂ ਹੋਰ ਜਿਹੜੇ ਉਹਦੇ ਨਾਲ ਰਿਲੇਟਡ ਮਹਿਕਮੇ ਨੇ ਉਹਦੇ ਰਿਲੇਟਡ ਜੇ ਕਿਸੇ ਦਾ ਕੋਈ ਇਸ਼ੂ ਹੈ ਤਾਂ ਉਹ ਵੀ ਉਸ ਨੂੰ ਵੀ ਰਿਜ਼ੋਲਵ ਕਰਨ। ਸੋ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਮਸਲਾ ਹੋਇਆ ਹੋਵੇ? ਮਸਲਾ ਤਾਂ ਮੇਰੇ ਨਾਲ ਤਾਂ ਇਹੀ ਹੈ ਜੀ, ਮੈਨੂੰ ਮੈਂ 1973 'ਚ ਰਿਜ਼ਰਵ ਆਇਆ ਸੀਗਾ ਜੀ, ਮੈਂ ਤੀਜੇ ਮਹੀਨੇ 'ਚ। ਅੱਛਾ ਜੀ। ਮੈਂ ਤੀਜੇ ਮਹੀਨੇ 'ਚ ਆਇਆ ਰਿਜ਼ਰਵ 73 'ਚ, ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਵੀ ਤੇਰੀ ਪੂਰੀ ਪੈਨਸ਼ਨ 70 'ਚ 1-3-78 'ਚ ਲਾਗੂ ਹੋ ਜੂਗੀ, ਵੀ 2 ਮਹੀਨੇ ਆਉਣਾ ਪੈਣਾ ਤੈਨੂੰ, 2 ਸਾਲ ਬਾਅਦ 1 ਮਹੀਨਾ, 2 ਸਾਲ ਬਾਅਦ 6 ਮਹੀਨਾ, ਤੇਰੇ 4 ਸਾਲ ਰਹਿੰਦੇ। 11 ਸਾਲ ਹੋ ਗਏ ਜੀ ਮੇਰੀ ਸਰਵਿਸ, 11 ਸਾਲ 80 ਦਿਨ। ਅਤੇ ਉਹਦੇ ਬਾਅਦ ਇਹਨਾਂ ਨੇ ਫਿਰ ਮੈਨੂੰ ਕਿਆ ਕੀਤਾ ਜੀ, ਮੈਂ 75 ਮੈਂ ਮਹੀਨਾ ਲਾ ਕੇ ਆਇਆ ਮੇਰਿਟ ਸੈਂਟਰ ਦਾ, ਉਦੋਂ ਉਹਦੇ ਬਾਅਦ 77 ਮਹੀਨਾ ਲਾ ਕੇ ਆਇਆ ਮੈਂ, ਅਤੇ ਇਹ ਕਹਿੰਦੇ ਵੀ 1-3-78 'ਤੇ ਤੇਰੀ ਪੈਨਸ਼ਨ ਲਾਗੂ ਹੋ ਜਾਏਗੀ, ਅਤੇ ਇਹ ਕਹਿੰਦੇ ਵੀ 78 'ਤੇ 1-3-78 'ਤੇ ਤੇਰੀ ਸਰਵਿਸ ਪੂਰੀ ਹੋ ਜਾਣੀ ਅਤੇ ਪੂਰੀ ਪੈਨਸ਼ਨ ਮਿਲੇ ਕਰੇਗੀ। ਉਹਦਾ ਮੈਨੂੰ ਹੱਕ ਨਹੀਂ ਮਿਲਿਆ ਪੈਨਸ਼ਨ ਦਾ, ਲੜਾਈ ਕਾ ਤੋਂ ਮਿਲਣਾ ਗਿਆ ਸੀ। ਅੱਛਾ ਜੀ। ਅਤੇ ਲੜਾਈ 'ਚ ਵੀ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਜਿਹੜਾ ਹੈ ਕੋਈ ਪ੍ਰੋਪਰਟੀ ਰਿਲੇਟਡ ਜਾਂ ਕੋਈ ਹੋਰ ਤਰ੍ਹਾਂ ਵਾਅਦਾ ਕੀਤਾ ਗਿਆ ਸੀ? ਮੈਂ ਵੈਸੇ ਤਾਂ ਉਹੀ ਤਾਂ ਮੈਨੂੰ ਮੈਡਲ ਦਿੱਤੇ ਹੋਏ ਆ, ਇੱਕ ਸੈਨਾ ਮੈਡਲ ਹੈ ਅਤੇ 6 ਰਕਸ਼ਾ ਮੈਡਲ ਹੈ। ਅੱਛਾ ਜੀ। ਹਾਂ, ਉਹ ਮੈਨੂੰ ਦੇ ਵਿਆ ਉਹਨੂੰ ਮੈਡਲਾਂ ਨੂੰ, ਮੈਂ ਕਿਆ ਕਰਾਂ ਮੈਡਲਾਂ ਕੌਣ ਪੁੱਛਦਾ ਇੱਥੇ। ਹਾਂ, ਮੈਨੂੰ ਕੋਈ ਪੈਸੇ ਦੀ ਸੁਵਿਧਾ ਤੋਂ ਮਿਲੀ ਨਹੀਂ ਹੈ ਕੋਈ। ਅੱਛਾ। ਹਾਂ, ਜਿਹੜੀ ਮਿਲਣੀ ਚਾਹੀਦੀ ਸੀ। ਠੀਕ ਹੈ। ਹਾਂ ਜੀ। ਕੋਈ ਹੋਰ ਕਿਸੇ ਤੁਹਾਡੇ ਨਾਲ ਉਸ ਤਰ੍ਹਾਂ ਦਾ ਕੋਈ ਉਸ ਟਾਈਮ ਕੋਈ ਹੋਰ ਵਾਅਦਾ ਹੋਇਆ ਵੀ ਤੁਹਾਨੂੰ ਕੋਈ ਜ਼ਮੀਨ ਜਾਂ ਕੋਈ ਹੋਰ ਚੀਜ਼? ਜਦੋਂ ਉਦੋਂ ਮੈਨੂੰ ਕਿਹਾ ਸੀ ਨਾ ਵੀ 25 ਵਿਘੇ ਜ਼ਮੀਨ ਮਿਲੇਗੀ ਤੈਨੂੰ, ਵੀ ਨਿਆਮ ਦੇ ਨਿਆਮਕੀ ਤੌਰ 'ਤੇ ਤੂੰ ਲੜਾਈ ਲੜੀ ਹੈ, ਵੀ ਫਿਰ ਇਹਨਾਂ ਨੇ ਕਿਹਾ ਤਾਂ ਸਰਕਾਰੀ ਪਲਾਟ ਵੀ ਦੇਵੇਂਗੇ ਤੈਨੂੰ। ਪਹਿਲਾਂ ਇੱਥੇ ਯੂਨੀਵਰਸਿਟੀ ਪਲਾਟ ਕੱਟ ਕੇ ਦਿਆ ਸਾਈਡ ਥੇੜੀ ਕਲਰਾਂ ਕੋਲ, ਅਤੇ ਉੱਥੇ ਉਹ ਤਾਂ ਮੁੱਕਰ ਮਾਕਰ ਗਏ, ਅਤੇ ਇੱਥੇ ਪਿੰਡ ਮੈਂ ਆਉਣਾ 4 ਕਿੱਲਾਂ ਦੇ ਨੰਬਰ ਲੈਂਦਾ ਰਿਹਾ ਪਟਵਾਰੀ ਦੇ, ਅਤੇ ਉਹ ਵੀ ਮਿਸ ਮਾਰਤੀ ਇਹਨਾਂ ਨੇ। ਸੋ ਦੋਸਤੋ, ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਨਾ ਤ੍ਰਾਸਦੀ ਜਿਹੜੀ ਹੈਗੀ ਹੈ ਸਾਡੇ ਦੇਸ਼ ਦੇ ਵਿੱਚ ਹੈ, ਤਾਂ ਅਸੀਂ ਕਈ ਵਾਰੀ ਜਿਹੜੇ ਹੈਗੇ ਹਾਂ ਭਾਵੁਕ ਹੋ ਕੇ ਸੈਨਾ ਦੇ ਲਈ ਬਹੁਤ ਸਾਰੀਆਂ ਫੋਟੋਆਂ ਸ਼ੇਅਰ ਕਰਦੇ ਹਾਂ, ਅਸੀਂ ਪ੍ਰਾਊਡ ਫੀਲ ਕਰਦੇ ਹਾਂ, ਪਰ ਜੇ ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਉਹ ਵੀ ਉਠਾਉਣਾ ਸਾਡਾ ਫਰਜ਼ ਹੈ। ਤਾਂ ਦੋਸਤੋ, ਤੁਹਾਡੇ ਨੇੜੇ ਤੇੜੇ ਕੋਈ ਕਿਸ ਇਸ ਤਰ੍ਹਾਂ ਦਾ ਕੋਈ ਮਸਲਾ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ, ਤਾਂ ਕਿ ਅਸੀਂ ਉੱਥੇ ਪਹੁੰਚ ਕੇ ਉਹਦੀ ਵੀ ਕਵਰੇਜ ਕਰਾਂਗੇ, ਤਾਂ ਕਿ ਕੋਈ ਵੀ ਵਿਅਕਤੀ ਜਿਸਨੇ ਕਦੇ ਵੀ ਸਾਡੇ ਦੇਸ਼ ਦੀ ਜਿਹੜੀ ਹੈਗੀ ਹੈ ਤਰੱਕੀ ਵਿੱਚ ਜਾਂ ਦੇਸ਼ ਦੀ ਜਿਹੜੀ ਹੈਗੀ ਹੈ ਸੁਰੱਖਿਆ ਦੇ ਵਿੱਚ ਯੋਗਦਾਨ ਪਾਇਆ ਹੋਵੇ, ਅਸੀਂ ਉਸ ਦੀ ਜਿਹੜੀ ਹੈਗੀ ਆਵਾਜ਼ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ। ਸੋ ਇਸ ਤਰ੍ਹਾਂ ਜੇ ਕੋਈ ਹੋਰ ਮਸਲੇ, ਅਸੀਂ ਉਹੀ ਵਾਰ ਵਾਰ ਗੱਲ ਕਹਿ ਰਹੇ ਹਾਂ ਕਿ ਜੇ ਕੋਈ ਤੁਹਾਨੂੰ ਪਤਾ ਲੱਗਦਾ ਤਾਂ ਸਾਨੂੰ ਦੱਸਿਓ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਥੈਂਕਸ ਫੋਰ ਵਾਚਿੰਗ ਪੀਪਲਸ ਵੋਇਸ TV।